ਹੈਲੋ ਫਰੈਂਡਸ, ਸਾਡੇ ਇਸ ਯੂਟਿਊਬ ਚੈਨਲ ਦ ਸਟੱਡੀ ਮੀਟਰ 'ਤੇ ਤੁਹਾਡਾ ਸਵਾਗਤ ਹੈ। ਇਸ ਵੀਡੀਓ ਵਿੱਚ ਆਪਾਂ ਜੋ ਪੰਜਾਬੀ ਵਿਆਕਰਨ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ, ਉਸਦਾ ਪੰਜਵਾਂ ਭਾਗ ਕਰਾਂਗੇ। ਇਸ ਤੋਂ ਪਹਿਲੀ ਵੀਡੀਓ ਵਿੱਚ ਆਪਾਂ ਪੜ੍ਹਿਆ ਕਿ ਸ਼ਬਦ ਬੋਧ ਕੀ ਹੁੰਦਾ ਅਤੇ ਨਾਮ ਕੀ ਹੁੰਦੇ ਹੈ, ਅਤੇ ਉਸ ਰਿਲੇਟਿਡ ਜੋ ਵੀ ਪੰਜਾਬ ਦੇ ਪ੍ਰੀਵੀਅਸ ਈਅਰ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛੇ ਗਏ ਸੀ ਉਹ ਦੇਖੇ। ਇਸ ਵੀਡੀਓ ਵਿੱਚ ਆਪਾਂ ਪ੍ਰਣਾਮ ਬਾਰੇ ਪੜ੍ਹਾਂਗੇ। ਪਿਛਲੀ ਵੀਡੀਓਜ਼ ਦੀ ਤਰ੍ਹਾਂ ਇਸ ਵੀਡੀਓ ਵਿੱਚ ਵੀ ਪ੍ਰੀਵੀਅਸ ਈਅਰ ਐਗਜ਼ਾਮਸ ਦੇ ਕੁਐਸਚਨ ਟੌਪਿਕ ਵਾਈਜ਼ ਇੰਕਲੂਡ ਕੀਤੇ ਗਏ ਹੈ। ਇਸ ਵਿੱਚ ਮੈਂ ਜਿਹੜੇ ਵੀ ਕੁਐਸਚਨ ਦੱਸੂੰਗੀ ਉਹ ਐਜ਼ ਇਟ ਇਜ਼ ਪੰਜਾਬ ਦੇ ਐਗਜ਼ਾਮਸ ਵਿੱਚ ਪੁੱਛੇ ਜਾ ਚੁੱਕੇ ਹੈ। ਤਾਂ ਆਪਾਂ ਹੁਣ ਦੇਖਦੇ ਹਾਂ ਕਿ ਪ੍ਰਣਾਮ ਕੀ ਹੁੰਦੇ ਹੈ। ਨਾਮ ਦੀ ਜਗ੍ਹਾ 'ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪ੍ਰਣਾਮ ਕਿਹਾ ਜਾਂਦਾ ਹੈ। ਜਿਵੇਂ ਕਿ ਆਪਾਂ ਕਹੀਏ ਕਿ ਉਹ ਪੜ੍ਹ ਰਿਹਾ ਹੈ, ਤਾਂ ਉਹ ਆਪਾਂ ਕਿਸੇ ਪਰਸਨ ਦੇ ਨਾਮ ਦੀ ਜਗ੍ਹਾ 'ਤੇ ਯੂਜ਼ ਕੀਤਾ ਹੈ, ਤਾਂ ਇਹ ਕੀ ਹੋ ਗਿਆ? ਪ੍ਰਣਾਮ। ਉਸੇ ਤਰ੍ਹਾਂ ਉਹ, ਤੁਸੀਂ, ਮੈਂ ਆਦਿ, ਇਹ ਸਾਰੇ ਪ੍ਰਣਾਮ ਹੈ। ਹੁਣ ਪ੍ਰਣਾਮ ਦੇ ਵਰਤਣ ਦਾ ਆਪਾਂ ਨੂੰ ਫਾਇਦਾ ਕੀ ਹੁੰਦਾ ਹੈ ਕਿ ਆਪਾਂ ਨੂੰ ਇੱਕ ਵਾਰੀ ਦੱਸਣਾ ਪੈਂਦਾ ਹੈ ਅਗਲੇ ਦਾ ਨਾਮ, ਉਸ ਤੋਂ ਬਾਅਦ ਆਪਾਂ ਉਹ ਲਗਾ ਕੇ ਗੱਲ ਕਰ ਸਕਦੇ ਹਾਂ, ਜਾਂ ਫਿਰ ਆਪਾਂ ਉਸ ਤੋਂ ਬਾਅਦ ਪ੍ਰਣਾਮ ਲਗਾਉਂਦੇ ਹਾਂ ਤਾਂ ਆਪਾਂ ਨੂੰ ਨਾਮ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ। ਪ੍ਰਣਾਮ 6 ਪ੍ਰਕਾਰ ਦੇ ਹੁੰਦੇ ਹੈ। ਪੁਰਖਵਾਚਕ ਪ੍ਰਣਾਮ, ਨਿਜਵਾਚਕ ਪ੍ਰਣਾਮ, ਨਿਸ਼ਚੈਵਾਚਕ ਪ੍ਰਣਾਮ, ਅਨਿਸ਼ਚੈਵਾਚਕ ਪ੍ਰਣਾਮ, ਸੰਬੰਧਵਾਚਕ ਪ੍ਰਣਾਮ ਅਤੇ ਪ੍ਰਸ਼ਨਵਾਚਕ ਪ੍ਰਣਾਮ। ਹੁਣ ਆਪਾਂ ਵਨ ਬਾਏ ਵਨ ਇਹਨਾਂ ਨੂੰ ਡਿਸਕਸ ਕਰਾਂਗੇ। ਉਸ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਇਸ ਰਿਲੇਟਿਡ ਪੰਜਾਬ ਦੇ ਪ੍ਰੀਵੀਅਸ ਈਅਰ ਐਗਜ਼ਾਮਸ ਦੇ ਵਿੱਚ ਕਿਹੜੇ ਕੁਐਸਚਨ ਪੁੱਛੇ ਜਾ ਚੁੱਕੇ ਹੈ। ਵਾਕ ਵਿੱਚ ਨਾਮ ਦੀ ਥਾਂ 'ਤੇ ਵਰਤੇ ਜਾਣ ਵਾਲੇ ਸ਼ਬਦ ਨੂੰ ਕੀ ਕਿਹਾ ਜਾਂਦਾ ਹੈ? ਵਾਕ ਵਿੱਚ ਨਾਮ ਦੀ ਜਗ੍ਹਾ 'ਤੇ ਵਰਤੇ ਜਾਣ ਵਾਲੇ ਸ਼ਬਦ ਨੂੰ ਪ੍ਰਣਾਮ ਕਿਹਾ ਜਾਂਦਾ ਹੈ। ਇਹ ਕੁਐਸਚਨ ਸੀਨੀਅਰ ਅਸਿਸਟੈਂਟ 2015 ਦੇ ਐਗਜ਼ਾਮ ਦੇ ਵਿੱਚ ਆ ਚੁੱਕੇ ਹੈ। ਨੈਕਸਟ ਕੁਐਸਚਨ ਹੈ, ਵਾਕਾਂ ਵਿੱਚ ਪ੍ਰਣਾਮ ਵਰਤਣ ਨਾਲ ਕੀ ਲਾਭ ਹੁੰਦਾ ਹੈ? ਹੁਣ ਆਪਾਂ ਇਹੀ ਪੜ੍ਹਿਆ ਕਿ ਪ੍ਰਣਾਮ ਨੂੰ ਵਰਤਣ ਨਾਲ ਨਾਮ ਨੂੰ ਵਾਰੀ ਵਾਰੀ ਦੁਹਰਾਉਣਾ ਨਹੀਂ ਪੈਂਦਾ। ਆਪਾਂ ਇੱਕ ਵਾਰੀ ਵਿਅਕਤੀ ਦਾ ਨਾਮ ਦੱਸ ਦਿੰਦੇ ਹਾਂ, ਉਸ ਤੋਂ ਬਾਅਦ ਆਪਾਂ ਪ੍ਰਣਾਮ ਯੂਜ਼ ਕਰਕੇ ਹੀ ਉਸ ਦੇ ਬਾਰੇ ਦੱਸਦੇ ਰਹਿੰਦੇ ਹਾਂ। ਨੈਕਸਟ ਹੈ, ਤੁਹਾਡਾ ਸ਼ਬਦ ਕੀ ਹੈ? ਹੁਣ ਤੁਹਾਡਾ ਸ਼ਬਦ ਕਿਸੇ ਨਾਮ ਦੀ ਜਗ੍ਹਾ 'ਤੇ ਯੂਜ਼ ਹੋਇਆ, ਤਾਂ ਇਹ ਹੋ ਗਿਆ ਪ੍ਰਣਾਮ। ਨੈਕਸਟ ਹੈ, ਮੈਂ, ਤੂੰ, ਉਹ ਸ਼ਬਦ ਕੀ ਹਨ? ਤਾਂ ਇਹ ਸਾਰੇ ਨਾਮ ਦੀ ਜਗ੍ਹਾ 'ਤੇ ਯੂਜ਼ ਹੋਇਆ, ਤਾਂ ਇਹ ਪ੍ਰਣਾਮ ਹੈ। ਪ੍ਰਣਾਮ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਆਪਾਂ ਹੁਣੀ ਪੜ੍ਹਿਆ ਕਿ ਪ੍ਰਣਾਮ ਦੀਆਂ 6 ਕਿਸਮਾਂ ਹੁੰਦੀਆਂ। ਇਹ ਕੁਐਸਚਨ ਸੀਨੀਅਰ ਅਸਿਸਟੈਂਟ ਅਤੇ ਸੁਪਰਵਾਈਜ਼ਰ ਹਾਰਟੀਕਲਚਰ ਦੇ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ। ਨੈਕਸਟ ਹੈ ਪੁਰਖਵਾਚਕ ਪ੍ਰਣਾਮ। ਜਿਹੜੇ ਨਾਮ ਕਿਸੇ ਵਿਅਕਤੀ ਦੇ ਨਾਵਾਂ ਦੀ ਜਗ੍ਹਾ 'ਤੇ ਵਰਤੇ ਜਾਣ, ਉਹਨਾਂ ਨੂੰ ਕਹਿੰਦੇ ਹਾਂ ਪੁਰਖਵਾਚਕ ਪ੍ਰਣਾਮ। ਸਿਰਫ ਵਿਅਕਤੀਆਂ ਦੇ ਨਾਵਾਂ ਦੀ ਜਗ੍ਹਾ 'ਤੇ ਜਿਹੜੇ ਵਰਤੇ ਜਾਂਦੇ ਆ, ਉਹਨਾਂ ਨੂੰ ਕਹਿੰਦੇ ਹਾਂ ਪੁਰਖਵਾਚਕ ਪ੍ਰਣਾਮ। ਜਿਵੇਂ ਮੈਂ, ਤੂੰ, ਉਹ ਆਦਿ। ਇਹ 3 ਪ੍ਰਕਾਰ ਦੇ ਹੁੰਦੇ ਆ, ਉੱਤਮ ਪੁਰਖ, ਮੱਧਮ ਪੁਰਖ ਅਤੇ ਅਨਿਆ ਪੁਰਖ। ਇਹ ਉਹੀ ਹੈ ਜਿਨ੍ਹਾਂ ਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿੰਦੇ ਹਾਂ ਫਸਟ ਪਰਸਨ, ਸੈਕਿੰਡ ਪਰਸਨ ਅਤੇ ਥਰਡ ਪਰਸਨ। ਹੁਣ ਪਹਿਲਾ ਪੁਰਖ ਜਾਂ ਉੱਤਮ ਪੁਰਖ ਕੀ ਹੁੰਦਾ? ਗੱਲ ਕਰਨ ਵਾਲੇ ਪੁਰਖ ਨੂੰ ਉੱਤਮ ਪੁਰਖ ਕਿਹਾ ਜਾਂਦਾ ਹੈ, ਜਿਵੇਂ ਮੈਂ, ਮੈਨੂੰ ਆਦਿ। ਦੂਜਾ ਪੁਰਖ ਜਾਂ ਮੱਧਮ ਪੁਰਖ ਕਿਹੜਾ ਹੁੰਦਾ? ਜਿਸ ਨਾਲ ਗੱਲ ਕੀਤੀ ਜਾ ਰਹੀ ਹੋਵੇ, ਜਿਵੇਂ ਤੂੰ, ਤੁਸੀਂ। ਨੈਕਸਟ ਹੈ ਤੀਜਾ ਪੁਰਖ ਜਾਂ ਅਨਿਆ ਪੁਰਖ। ਇਹ ਕਿਹੜਾ ਹੁੰਦਾ? ਜਿਸ ਬਾਰੇ ਗੱਲ ਕੀਤੀ ਜਾਵੇ, ਜਿਵੇਂ ਉਹ, ਇਹ ਆਦਿ। ਹੁਣ ਆਪਾਂ ਦੇਖਦੇ ਹਾਂ ਕਿ ਇਸ ਰਿਲੇਟਿਡ ਪੰਜਾਬ ਦੇ ਐਗਜ਼ਾਮ ਦੇ ਵਿੱਚ ਕਿਹੜੇ ਕੁਐਸਚਨ ਪੁੱਛੇ ਜਾ ਚੁੱਕੇ ਹੈ। ਪੁਰਖਵਾਚਕ ਪ੍ਰਣਾਮ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਪੁਰਖਵਾਚਕ ਪ੍ਰਣਾਮ ਦੀਆਂ 3 ਕਿਸਮਾਂ ਕਿਹੜੀਆਂ ਕਿਹੜੀਆਂ? ਉੱਤਮ ਪੁਰਖ, ਮੱਧਮ ਪੁਰਖ ਅਤੇ ਅਨਿਆ ਪੁਰਖ। ਵਾਕ ਵਿੱਚ ਗੱਲ ਕਰਨ ਵਾਲੇ ਵਿਅਕਤੀ ਨੂੰ ਕੀ ਕਿਹਾ ਜਾਂਦਾ ਹੈ? ਗੱਲ ਕਰਨ ਵਾਲੇ ਵਿਅਕਤੀ ਨੂੰ ਕੀ ਕਹਿੰਦੇ ਆ? ਉੱਤਮ ਪੁਰਖ। ਇਹ ਕੁਐਸਚਨ ਲੈਂਡ ਰਿਫੋਰਮ ਕਲਰਕ ਦੇ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ। ਉੱਤਮ ਪੁਰਖ ਚੁਣੋ। ਉੱਤਮ ਪੁਰਖ ਕਿਹੜਾ ਹੁੰਦਾ? ਜਿਹੜਾ ਗੱਲ ਕਰ ਰਿਹਾ ਹੁੰਦਾ, ਤਾਂ ਗੱਲ ਕਰ ਰਿਹਾ ਤਾਂ ਉਹ ਕੀ ਕਹੇਗਾ? ਮੈਂ, ਅਸੀਂ। ਠੀਕ ਹੈ, ਤਾਂ ਇਹਦਾ ਆਨਸਰ ਆ ਗਿਆ ਮੈਂ ਅਤੇ ਅਸੀਂ।
पुरख प्रणाम चुनो, ए भी उही सेम मैं ते मेरा। ओ हेठा लिखिया विचों केड़ा है? ओ मतलब जिस बारे गल कीती जा रही है, उन जिस बारे गल कीती जाती है उन्होंने आप कहने अन्य पुरख। तो आंसर आ गया अन्य पुरख। नेक्स्ट है अन्य पुरख चुनो, सेम क्वेश्चन। वो कहता कि ओहो की है, आप कहता अन्य पुरख, अन्य पुरख चुनो तो वह ओ है। यह क्वेश्चन सीसीओ के एग्जाम के पूछा गया सी। नेक्स्ट है निजवाचक प्रणाम, वो प्रणाम जो कर्ता नाल आके उसकी विशेषता दसन, उन्होंने कहने निजवाचक प्रणाम। जिमें आप कही मैं आप उस नाल गया, मतलब आप हो गया अपना, मतलब अपने बारे दस रहा है वो। कर्ता नाल आके उसकी विशेषता दस रहा है, कर्ता कौन है? मैं। वो अपनी विशेषता दस रहे कि मैं आप उस नाल गया, तो ये आप की हो गया निजवाचक प्रणाम। नेक्स्ट है निश्चयवाचक प्रणाम, जेड़े शब्द किसी वस्तु वाल इशारा करके उस दे नाँ दी थां ते वरते जान, यह किसी वस्तु लई वरते जाते हैं। जिमें ए मेरा पेन है, हुन पेन की है? एक वस्तु है, ओदे लई की वरते गए? ए वस्तु लई वरते गए है। तो इतने यह हैगा निश्चयवाचक प्रणाम। ओहो राम दा पेन है, तो ओहो ये पेन लई यूज होया, तो यह होया निश्चयवाचक प्रणाम। यह दो तरह के होंगे है, निकटवर्ती निश्चयवाचक प्रणाम ते दूरवर्ती निश्चयवाचक प्रणाम। हुन निकटवर्ती निश्चयवाचक प्रणाम कहड़े होंगे है? जेडे नेड़े दी चीज़ों लई वरते जान, जिमें ए इन्ना इस, मतलब आप कही ये मेरा पेन है, तो आप नेड़े की चीज़ दस रहे हैं, तो यह हो गया निकटवर्ती निश्चयवाचक प्रणाम। दूरवर्ती निश्चयवाचक प्रणाम होंगे है जी दूर दी चीज़ों लई वरते जान, उन्होंने कहने दूरवर्ती निश्चयवाचक प्रणाम। जिमें ओ उस उन्ना, मतलब दूर की चीज़ लई वरत्या गया। जिमें ओहो राम दा पेन है, तां ओहो की है दूर दा चीज़ां लई वरत्या गया कि ओ वाला राम दा पेन है। तो हुण आपां देखते हैं कि इस रिलेटिड पंजाब दे एग्जाम्स विच किहड़े क्वेश्चन पूछे जा चुके हैं। निश्चयवाचक प्रणाम चुनो, हुण आपां किसी चीज़ वनी इशारा करके उसदी थां ते वरतदे हाँ, तां आहा ओ ये आपां निश्चयवाचक प्रणाम दे विच करदे हाँ, तां इहदा आंसर आ गया आ ते ओ। नेक्स्ट है ठीक प्रणाम नाल वाक पूरा करो, ये मेरी किताब है ते, देखो हुण जे आपां ये मेरी किताब है ते ए तेरी, ये सही नहीं है। जे आपां कहीए ये मेरी किताब है ते ओ तेरी, मतलब दोनों के बीच का डिफरेंस दसना चाहिए ना कि आहा वाली निकटवर्ती वाली मेरी होगी, दूर वाली तेरी होगी, तो ओ तेरी, ये तो आंसर आ गया ओ। यह क्वेश्चन लेक्चरर पंजाब कॉमन एप्टीट्यूड के एग्जाम के विच पूछा जा चुका है। नेक्स्ट है अनिश्चयवाचक प्रणाम, वो प्रणाम जेड़े किसी व्यक्ति वस्तु या स्थान आदि की सही गिनती ना दस के उसका अंदाजा ही दसन, उसनू कहने अनिश्चयवाचक प्रणाम। जिमें सारे कुछ आदि, जिमें आप गईए कुछ विद्यार्थी पढ़ रहे हैं, तो हुण इहदे तो तुहानू गिनती नहीं पता लगी कि किन्ने विद्यार्थी पढ़ रहे हैं, तो यह हो गया अनिश्चयवाचक प्रणाम। ठीक है, सारे विद्यार्थी पढ़ रहे हैं, तो सारे दे विच की हो गया अनिश्चयवाचक प्रणाम। हुण आपां देखते हैं कि इस रिलेटिड पंजाब दे प्रीवियस ईयर एग्जाम्स दे विच किहड़े क्वेश्चन पूछे जा चुके हैं। अनिश्चित प्रणाम चुनो, तो इहदा आ गया कई ते कुछ। नेक्स्ट है संबंधवाचक प्रणाम, जेड़े प्रणाम योजक वांग वाकां नूं जोड़न दा काम करन, उन्हां नूं कहिंदे आ संबंधवाचक प्रणाम। जिवें जो करेगा सो भरेगा, हुण जो सो एक ही हो गए संबंधवाचक प्रणाम, क्योंकि यह योजक की तरह वाकां नूं जोड़ रहे है। नेक्स्ट है प्रश्नवाचक प्रणाम, जेड़े प्रणावों द्वारा कोई प्रश्न पूछा जाए उसनू प्रश्नवाचक प्रणाम कहा जाता है। जिवें कौन गा रहा है, तो ये प्रश्न पूछे तो यह हो गया प्रश्नवाचक प्रणाम। ठीक है, कौन ये हो गया प्रश्नवाचक प्रणाम। तो इस रिलेटिड आप देखते हैं कि प्रीवियस ईयर एग्जाम्स के क्वेश्चन पूछे जा चुके हैं।
ਪ੍ਰਸ਼ਨਵਾਚਕ ਪੜਨਾਂਵ ਚੁਣੋ। ਤਾਂ ਇਹਦੇ ਵਿੱਚ ਕੀ ਹੈ ਕਿ ਉਹ, ਮੈਂ, ਤੂੰ, ਇਹਦੇ ਵਿੱਚ ਕੋਈ ਪ੍ਰਸ਼ਨਵਾਚਕ ਪੜਨਾਂਵ ਨਹੀਂ ਹੈ, ਤਾਂ ਕੀ ਅਤੇ ਕਿਹੜਾ ਆ ਗਿਆ ਦਾ ਆਂਸਰ। ਨੈਕਸਟ ਕੁਸ਼ਚਨ ਹੈ, ਕਿਹੜਾ ਰੌਲਾ ਪਾਉਂਦਾ ਹੈ ਵਿੱਚ, ਕਿਹੜਾ ਸ਼ਬਦ ਪੜਨਾਂਵ ਦੀ ਕਿਸਮ ਹੈ, ਕਿਹੜਾ ਸ਼ਬਦ ਕੀ ਹੈ ਪ੍ਰਸ਼ਨਵਾਚਕ ਪੜਨਾਂਵ। ਹੁਣ ਆਪਾਂ ਇੱਥੇ ਇਸ ਵੀਡੀਓ ਦਾ ਐਂਡ ਕਰਦੇ ਹਾਂ। ਇਹ ਸਭ ਤੁਸੀਂ ਚੰਗੀ ਤਰ੍ਹਾਂ ਪੜ੍ਹ ਲੈਣਾ। ਇਸ ਵਿੱਚ ਆਪਾਂ ਪੜਨਾਵਾਂ ਬਾਰੇ ਪੜ੍ਹਿਆ। ਇਸ ਵੀਡੀਓ ਵਿੱਚ ਇੰਨਾ ਹੀ। ਆਪਾਂ ਮਿਲਦੇ ਹਾਂ ਹੁਣ ਨੈਕਸਟ ਵੀਡੀਓ ਦੇ ਵਿੱਚ। ਨੈਕਸਟ ਵੀਡੀਓ ਵਿੱਚ ਆਪਾਂ ਕਿਰਿਆ ਕਰਾਂਗੇ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਅਤੇ ਸ਼ੇਅਰ ਕਰਨੀ ਨਾ ਭੁੱਲਿਓ। ਅਤੇ ਜੇਕਰ ਤੁਸੀਂ ਹਜੇ ਤੱਕ ਸਾਡੇ ਚੈਨਲ ਦਾ ਸਟੱਡੀ ਮੀਟਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ, ਅਤੇ ਨਾਲ ਇੱਕ ਬੈਲ ਆਈਕਨ ਹੈ ਉਸਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਲੇਟੈਸਟ ਵੀਡੀਓ ਦੀਆਂ ਨੋਟੀਫਿਕੇਸ਼ਨਸ ਮਿਲਦੀਆਂ ਰਹਿਣ। ਥੈਂਕ ਯੂ।